जीरकपुर पुलिस ने वीआईपी रोड पर दो मोटरसाइकिल सवार बदमाशों के साथ मुठभेड़ के बाद एक बदमाश को गिरफ्तार कर लिया है, जबकि उसका साथी अंधेरे का फायदा उठाकर वहां से भाग निकला। पुलिस द्वारा पकड़े गए गैंगस्टर की पहचान मंजीत सिंह निवासी गांव खेड़ी गुजरा डेरा बसी के रूप में हुई है, जो लॉरेंस बिश्नोई और गोल्डी बराड गैंग से जुड़ा हुआ माना जा रहा है। कुछ समय पहले ही जमानत पर जेल से बाहर आए आरोपी के खिलाफ पहले भी कई मामले दर्ज हैं। आपको बता दें कि पुलिस की मिली जानकारी के मुताबिक दोनों आरोपियों के पास अवैध पिस्टल और जिंदा कारतूस बरामद किए गए हैं। एसपी मनप्रीत सिंह ने बताया है कि मोहाली में पिछले दिनों ही आरोपी ने ब्रू ब्राउन्स लाउंज में फायरिंग की थी। आपको बता दें कि ये आरोपी पिछले साल मई महीने में गिरफ्तार किया गया था, जो कि कुछ समय पहले ही बेल पर जेल से वापस आ गया था। पुलिस ने बताया है कि आरोपी किसी वारदात को अंजाम देने की फिराक में था, जिससे पहले पुलिस का दबाव बढ़ गया। पुलिस सूत्रों से मिली जानकारी के मुताबिक फरार गैंगस्टर की पहचान सुखबीर सिंह सुखी के रूप में हुई है, जिसकी पुलिस तलाश कर रही है। सर, आज एनकाउंटर होया कोई की मामला सी, कौन बंदे है, कित्थे ਕਿੰਨੇ ਫਾਇਰ ਹੋਏ? ਦੇਖੋ, ਫੈਸਟੀਵਲ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਸਾਡੀ ਟੀਮ ਜਿਹੜੀ ਪੁਲਿਸ ਪਾਰਟੀ ਸੀਗੀ SHO ਨਾਲ ਆਪਣੇ ਅਮਨਦੀਪ ਜਿਹੜੇ ਸਬ ਇੰਸਪੈਕਟਰ ਦੇ ਜੱਜ ਐਸਏ ਅਮਨਦੀਪ ਸਿੰਘ, ਇਹ ਮੌਕੇ 'ਤੇ ਇੱਥੇ ਗਸ਼ਤ ਕਰ ਰਹੇ ਸੀਗੇ, ਜਦੋਂ ਇਹਨਾਂ ਨੂੰ ਇੱਕ ਮੋਟਰਸਾਈਕਲ ਦੇਖਿਆ ਵੀ ਬੜੀ ਸਸਪੀਸ਼ੀਅਸ ਹਾਲਤ ਦੇ ਵਿੱਚ ਸੀਗਾ, ਨਾ ਉਹਦਾ ਨੰਬਰ ਸੀਗਾ, ਮੁੰਡੇ ਵੀ ਸਸਪੀਸ਼ੀਅਸ ਸੀਗੇ। ਇਹਨਾਂ ਨੇ ਰੋਕ ਕੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਫੜਾ ਦਫੜੀ ਦੇ ਵਿੱਚ ਮੋਟਰਸਾਈਕਲ ਭਜਾ ਲਿਆ, ਅਤੇ ਇਹਨਾਂ ਨੇ ਜਦੋਂ ਚੇਜ਼ ਕੀਤਾ, ਇਹਨਾਂ ਦਾ ਵਹੀਕਲ ਬਾਏ ਚਾਂਸ ਉਸੇ ਡਾਇਰੈਕਸ਼ਨ ਸੀਗਾ, ਇਹਨਾਂ ਨੇ ਜਦੋਂ ਚੇਜ਼ ਕੀਤਾ ਅਤੇ ਉਹਦੇ ਹਿੱਟ ਹੋਣ ਦੇ ਨਾਲ ਬਾਈਕ ਹਿੱਟ ਹੋਣ ਦੇ ਬਾਈਕ ਵਹੀਕਲ ਨਾਲ ਹਿੱਟ ਹੋਣ ਕਾਰਨ ਉੱਥੇ ਗਿਰ ਗਿਆ, ਅਤੇ ਉਹਨਾਂ ਨੇ ਘਬਰਾਉਂਦੇ ਹੋਏ ਪੁਲਿਸ ਦੇ ਉੱਪਰ ਫਾਇਰਿੰਗ ਸ਼ੁਰੂ ਕਰਤੀ। ਫਾਇਰਿੰਗ ਸ਼ੁਰੂ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਮਨਜੀਤ ਸਿੰਘ ਸੀਗਾ ਜਿਹਦੀ ਲੱਕ 'ਚ ਫਾਇਰ ਲੱਗਿਆ ਅਤੇ ਉੱਥੇ ਗਿਰ ਗਿਆ, ਅਤੇ ਦੂਸਰਾ ਬੰਦਾ ਜਿਹੜਾ ਸੀਗਾ, ਇੱਥੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਾਫੀ ਖੇਤ ਹੈ, ਖੁੱਲ੍ਹਾ ਏਰੀਆ, ਮੌਕੇ ਦਾ ਫਾਇਦਾ ਉਠਾਉਂਦੇ ਹੋਏ ਨਿਕਲ ਗਿਆ ਇੱਥੋਂ। ਅਤੇ ਉਹ ਜਿਹੜਾ ਮੇਨ ਦੋਸ਼ੀ ਫੜਿਆ ਗਿਆ ਇੱਥੇ ਵਿੱਚ ਮਨਜੀਤ ਸਿੰਘ, ਉਹ ਪਹਿਲਾਂ ਵੀ ਉਹਦੇ 'ਤੇ ਕਾਫੀ ਪਰਚੇ ਦਰਜ ਨੇ ਰੰਗਦਾਰੀ ਦੇ, ਪਹਿਲਾਂ ਉਹ ਬੜਾ ਇੱਕ ਫੇਮਸ ਕੇਸ ਹੈ ਬਰਿਊ ਬਰੋਸ ਦਾ, ਇੱਥੇ ਜਿਹੜਾ ਕਿ ਇੱਥੇ ਗੋਲੀ ਚਲਾਈ ਸੀ ਇਹਨਾਂ ਨੇ। ਕਿਹੜੇ ਗੈਂਗ ਨਾਲ ਸੰਬੰਧ? ਇਹ ਗੋਲਡੀ ਬਰਾਡ ਦਾ ਗੈਂਗ ਹੈ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ। ਜ਼ਰਕਪੁਰ ਦੇ ਵਿੱਚ ਰਹਿੰਦੇ ਸੀ? ਨਹੀਂ, ਇਹ ਹੈ ਤੇ ਜਿਹੜਾ ਮਨਜੀਤ ਸਿੰਘ ਹੈ ਡੇਰਾ ਬਸੀ ਦਾ, ਪਰ ਖੇੜੀ ਗੁਜਰਾ ਪਿੰਡ ਆ ਉੱਥੇ, ਪਰ ਇਹ ਹੁਣੇ ਲੇਟੈਸਟ ਚੱਲੇ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀਗਾ। ਪਹਿਲਾਂ ਵੀ ਪੁਲਿਸ ਪਾਰਟੀ ਨੇ ਇਹਨੂੰ ਜਿਹੜਾ ਸੀਗਾ, ਪੁਲਿਸ ਟੀਮ ਨੇ ਇਹਨੂੰ ਬਰਿਊ ਬਰੋਸ ਵਾਲੇ ਕੇਸ 'ਚ ਵੈਪਨ ਵਗੈਰਾ ਕੀ ਕੁਛ ਬਰਾਮਦ ਹੋਇਆ? ਇਹਨਾਂ 'ਚੋਂ ਜਿਹੜਾ ਇੱਕ ਬੰਦਾ ਫੜਿਆ ਗਿਆ ਉਹਦੇ ਕੋਲੋਂ ਦੋ ਵੈਪਨ ਨੇ, ਇੱਕ 32 ਬੋਰ ਦਾ ਹੈ, ਇੱਕ 30 ਬੋਰ ਦਾ, ਦੋਨੋਂ ਸੋਫਿਸਟੀਕੇਟਡ ਵੈਪਨ ਨੇ। ਅਸੀਂ ਤਫਤੀਸ਼ ਕਰ ਰਹੇ ਵੀ ਇਹ ਸੋਰਸ ਕੀ ਹੈ, ਕੀ ਕਰਨ ਆਏ ਸੀਗੇ, ਸਾਰਾ ਕੁਛ। ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ, ਪਰ ਜਦੋਂ ਉਹਨਾਂ ਨੇ ਭੱਜ ਕੇ ਪੁਲਿਸ ਦੇ ਉੱਪਰ ਫਾਇਰ ਕੀਤਾ, ਜਵਾਬੀ ਫਾਇਰ 'ਚ ਇਹਨਾਂ ਨੇ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਇਹਨਾਂ ਨੇ ਕੀਤਾ। ਕਿੰਨੇ ਫਾਇਰ ਹੋਏ ਸਰ? ਉਹ ਹਲੇ ਦੇਖਾਂਗੇ ਅਸੀਂ ਮੌਕੇ ਤੇ। ਕਿਸ ਤਰ੍ਹਾਂ ਦਾ ਰਿਕਾਰਡ ਹੈ ਜੀ ਇਹਨਾਂ ਦਾ? ਤੁਹਾਨੂੰ ਆਲਰੇਡੀ ਦੱਸਿਆ ਜੀ, ਰੰਗਦਾਰੀ ਦੇ ਕੇਸ ਇਹਨਾਂ ਤੇ ਪਹਿਲਾਂ ਵੀ ਦਰਜ ਹੈ ਜੀ, ਹੁਣੇ ਜੇਲ੍ਹ 'ਚੋਂ ਆਇਆ ਸੀਗਾ ਆਲਰੇਡੀ ਜਿਹੜਾ। ਥੈਂਕ ਯੂ ਸਰ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।